ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸੋ ਆਪਾਂ ਵਾਲੀ ਪੱਗ ਅੱਜ ਸਵੇਰੇ, ਟਾਈਮ ਹੋ ਗਿਆ 7 ਸਵੇਰ ਦੇ। ਸੋ ਆਪਾਂ ਚੱਲੇ ਹਾਂ ਅੱਜ ਟਰੰਗੇ। ਟਰੰਗੇ ਕੀ ਕਰਨ ਚੱਲੇ ਹਾਂ ਆਪਾਂ ਤੁਹਾਨੂੰ ਦੱਸਦੇ ਹਾਂ ਅੱਗੇ ਬਲੌਗ 'ਚ। ਆਜੋ ਕਰਦੇ ਹਾਂ ਅੱਜ ਦਾ ਬਲੌਗ ਸਟਾਰਟ। ਅਤੇ ਫਿਲਹਾਲ ਆਪਾਂ ਨੇ ਕੰਫਰਟ ਜਿਹੇ ਕੱਪੜੇ ਪਾਏ ਹੋਏ ਹਾਂ ਅਤੇ ਟਰੰਗੇ ਜਾ ਕੇ ਹੋਵਾਂਗੇ ਰੈਡੀ। ਸੋ ਫਾਈਨਲੀ ਆਪਾਂ ਪਹੁੰਚ ਲਏ ਟਰੰਗੇ ਅਤੇ ਮਨਜੋਤ ਵੀਰ ਚੱਕ ਲਿਆ ਸੀਗਾ ਟਾਕਾ ਨੀਵੀ ਨੂੰ ਅਤੇ ਵੀਰ ਨਾਲ ਇੰਟਰੋਡਕਸ਼ਨ ਕਰਾਉਣੀ ਆਪਣੀ ਰਹਿ ਗਈ ਸੀ ਪੈਂਡਿੰਗ, ਅਸੀਂ ਗੱਲਾਂ 'ਚ ਬਿਜ਼ੀ ਹੋ ਗਏ ਅਤੇ ਨਾਪਰੀ 'ਚ ਵੀ ਪਿੱਛੇ ਅੱਧੀ ਕੁ ਨੀਂਦ ਕੱਢਦੀ ਆ ਰਹੀ ਹੈ ਅਤੇ ਹੁਣ ਅੱਗੇ ਜਾਵਾਂਗੇ। ਹੁਣ ਆਪਾਂ ਰੈਡੀ ਹੋਵਾਂਗੇ ਟਰੰਗੇ ਦੇ ਅੱਗੇ ਜਾ ਕੇ, ਸੋਰੀ ਟਰੰਗੇ ਜਾ ਕੇ। ਅਤੇ ਵਿਊ ਦੇਖੋ ਕਿੰਨਾ ਸੋਹਣਾ ਬਾਹਰ। ਆਪਾਂ ਨੂੰ ਮਿਲੀ ਗਏ ਸਾਰੇ ਬੰਦੇ ਪੁਰਾਣੇ ਅਜੂਰੇ। ਚਲੋ ਜੀ, ਨਵੇਂ ਘਰ 'ਚ ਵਿਊ ਬਹੁਤ ਸੋਹਣਾ ਸਾਈਡ ਤੋਂ। ਬੱਦਲ ਦੇਖੋ ਕਿੰਨੇ ਸੋਹਣੇ ਲੱਗਦੇ ਆ ਅੱਜ। ਹੁਣ ਆਪਾਂ ਸੀਗੇ ਟਰੰਗੇ ਸਿਮੀਨਾ ਦੇ ਘਰੇ। ਆ ਲੈ ਪੈਸੇ ਮਿਲ ਗਏ ਆਪਾਂ ਨੂੰ ਅਤੇ ਠੀਕ ਹੈ ਜੀ। ਆਪਾਂ ਖਾ ਪੀ ਕੇ ਢਿੱਡ ਹੋਏ ਪਏ ਹਾਂ ਕੜੁੰਬ ਪੂਰੇ, ਠੀਕ ਹੈ ਜੀ। ਨਾਪਰੀ 'ਤੇ ਵੀ ਔਖੀ ਸੌਖੀ ਜੀ ਇੱਧਰ ਨੂੰ ਚੱਲ ਤੁਰਦੀ ਫਿਰਦੀ ਆ। ਅਤੇ ਹੁਣ ਆਪਾਂ ਚੱਲਦੇ ਵਾਪਸ ਔਕਲੈਂਡ ਨੂੰ, ਪੂਰਾ ਇੰਜੋਏ ਕਰਿਆ ਟਰੰਗੇ। ਖੁੱਲ੍ਹਾ ਡੁੱਲਾ ਲੱਗਦਾ ਉਰੇ, ਕੁਆਇਟ ਹੈ ਬਹੁਤ। ਲਓ ਜੀ, ਹੁਣ ਆਪਾਂ ਚੱਲੇ ਘਰ ਨੂੰ। ਘਰ ਬਹੁਤ ਸੋਹਣਾ ਬਣਾਇਆ ਨਵੇਂ ਘਰ ਦਾ, ਅੱਜ ਪਾਠ ਸੀਗਾ ਲੋਕੀ ਵੀਰ ਉਹਨਾਂ ਨੇ ਕਰਾਇਆ ਹੋਇਆ। ਘਰ ਦੀਆਂ ਮੁਬਾਰਕਾਂ ਉਹਨਾਂ ਨੂੰ। ਆਪਾਂ ਨੂੰ ਮਿਲ ਗਈਆਂ ਜਲੇਬੀਆਂ, ਇੱਧਰ ਆ ਕੇ ਨਾਪਰੀ ਦੇ ਛੋਲੇ ਭਟੂਰੇ, ਨਾਲ ਮਿਲ ਗਿਆ ਡੱਬਾ ਰਵਨੀਤ ਦੀਦੀ ਦੇ ਮੁੰਡੇ ਦਾ। ਸੋ ਮਠਿਆਈ ਵੀ ਪੂਰੀ ਹੋ ਗਈ, ਜਲੇਬੀਆਂ ਵੀ ਹੋ ਗਈਆਂ, ਛੋਲੇ ਭਟੂਰੇ ਵੀ ਹੋ ਗਏ। ਸੋ ਆਪਾਂ ਨਜ਼ਾਰੇ ਨਾਲ ਖਾਓ ਗਾਈਸ। ਬਾਏ ਬਾਏ। ਨਾਪਰੀ ਦੇ ਕੱਪੜੇ ਖੋਲ੍ਹ ਕੇ ਰਿਲੈਕਸ ਹੋ ਗਈ ਆਪਣੇ ਨਜ਼ਾਰੇ। ਲਓ ਵੀ ਆਪਣੀ ਹੁਣ ਟਰੰਗੇ ਤੋਂ ਖੁੱਚਾ ਹੋ ਗਈ ਵਾਪਸੀ। ਘੈਂਟ ਲੱਗਦਾ ਇੱਧਰ ਆ ਕੇ ਵੀ। ਘੁੰਮ ਕੇ ਥੱਕ ਗਏ ਆਪਾਂ ਸਵੇਰੇ 6:30 ਵਜੇ ਦੇ ਚੱਲੇ ਹੋਏ ਅਤੇ ਰਾਤ ਨੂੰ ਵੱਜ ਗਏ 9:30। ਮਤਲਬ 12 ਤੇ 3 15-16 ਘੰਟੇ ਦਾ ਸਫ਼ਰ ਹੋ ਗਿਆ, ਠੀਕ ਹੈ ਜੀ, 15-16 ਘੰਟੇ ਦਾ। ਸੋ ਓਕੇ ਜੀ, ਹੁਣ ਆਪਾਂ ਕਰਾਂਗੇ ਰੈਸਟ। ਬਹੁਤ ਜ਼ਿਆਦਾ ਥੱਕੇ ਹੋਏ, ਨੀਂਦ ਪੂਰੀ ਆ ਰਹੀ ਹੈ। ਸੋ ਓਕੇ ਜੀ, ਬਾਏ ਬਾਏ। ਛੋਟਾ ਜਿਹਾ ਬਲੌਗ ਹੈ, ਪੂਰਾ ਦੇਖ ਲਿਓ। ਬਾਏ ਬਾਏ।